ਗੁਰੂ ਰੂਪ ਗੁਰੂ ਖਾਲਸਾ ਜੀਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਂ ਗੁਜਰ ਕੌਰ, ਜਿਹੜੇ ਕਿ ਗੰਗੂ ਦੇ ਪਿੰਡ ਸਹੇੜੀ ਚਲੇ ਜਾਂਦੇ ਨੇ। ਗੰਗੂ ਇਹਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ ਤੇ ਜਦੋਂ ਗੰਗੂ ਦੇ ਘਰ ਪਹੁੰਚ ਜਾਂਦੇ ਨੇ, ਮਾਇਆ ਵੇਖ ਕੇ ਗੰਗੂ ਦਾ ਦਿਲ ਬੇਈਮਾਨ ਹੋ ਜਾਂਦਾ ਹੈ। ਇਹ ਦੌੜਿਆ ਗਿਆ, ਇਹ ਆਪਣੀ ਮਾਂ ਸੋਭੀ ਨੂੰ ਜਾ ਕੇ ਕਹਿੰਦੇ, ਮਾਂ ਤੈਨੂੰ ਇੱਕ ਗੱਲ ਦੱਸਾਂ। ਕਹਿਣ ਲੱਗੀ, ਹਾਂ ਪੁੱਤਰਾ, ਜੇ ਤੂੰ ਕਿਤੇ ਮੇਰੀ ਗੱਲ ਮੰਨ ਲਵੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪਣੇ ਘਰ ਦੇ ਵਿੱਚ ਆਏ ਹਨ, ਇਹਨਾਂ ਦੇ ਕੋਲ ਬਹੁਤ ਮਾਇਆ ਦਾ ਖਜ਼ਾਨਾ ਹੈ। ਜੇ ਕਿਤੇ ਤੂੰ ਖਾਣੇ ਦੇ ਵਿੱਚ ਜ਼ਹਿਰ ਪਾ ਦੇਵੇਂ, ਇਹ ਖਾਣਾ ਖਾ ਕੇ ਤਿੰਨੇ ਜਾਣੇ ਮਰ ਜਾਣਗੇ ਤੇ ਇਹਨਾਂ ਦੀ ਮਾਇਆ ਜਿਹੜੀ ਆਪਣੇ ਹੱਥ ਆ ਜਾਵੇਗੀ ਤੇ ਸਰਕਾਰ ਤੋਂ ਵੀ ਇਨਾਮ ਇੱਕ ਇਨਾਮ ਮਿਲੇਗਾ, ਬਾਦਸ਼ਾਹ ਬਣ ਜਾਂਗੇ, ਮਾਂ ਬਾਦਸ਼ਾਹ। ਜਦੋਂ ਇਹ ਗੱਲਾਂ ਬਾਤਾਂ ਗੰਗੂ ਪਾਪੀ ਦੀਆਂ ਸੁਣੀਆਂ ਨਾ, ਮਾਂ ਸੋਭੀ ਦੀਆਂ ਤਾਹਾਂ ਨਿਕਲ ਗਈਆਂ। ਕਹਿਣ ਲੱਗੀ, ਵੇਨ ਖੁੱਟਿਆ ਗੰਗੂ, ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਉਹਨਾਂ ਦੀ ਮਾਂ ਮਾਂ ਗੁਜਰ ਕੌਰ ਹੈ। ਤੈਨੂੰ ਇਹ ਹੋਣਾ ਚਾਹੀਦਾ ਹੈ ਕਿ ਅੱਜ ਉਹ ਸਾਡੇ ਘਰ ਦੇ ਵਿੱਚ ਬਿਪਤਾ ਉਹਨਾਂ ਦੇ ਸਿਰ ਦੇ ਉੱਤੇ ਹੈ, ਉਹ ਮਹਿਮਾਨ ਬਣ ਕੇ ਸਾਡੇ ਘਰ ਆਏ ਨੇ, ਵੀ ਤੂੰ ਮੇਰੀ ਕੁੱਖ ਨੂੰ ਦਾਗ ਲਾਉਣ ਲੱਗਾ ਹੈ। ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ, ਜੇਕਰ ਤੂੰ ਇਹ ਕਾਰਾ ਕੀਤਾ ਸਦਾ ਲਈ ਤੈਨੂੰ ਫਟਕਾਰਾਂ ਪੈਣਗੀਆਂ। ਮਾਂ ਸੋਭੀ ਨੇ ਬੜਾ ਸਮਝਾਇਆ, ਪਰ ਇਹਨੇ ਘਰ ਦੇ ਵਿੱਚ ਕਾਫੀ ਸ਼ੋਰ ਸ਼ਰਾਬਾ ਪਾਇਆ, ਇਹ ਪਾਪੀ ਨਾ ਟਲਿਆ ਤੇ ਮਾਂ ਸੋਭੀ ਨੇ ਇਹਦੀ ਬਾਂਹ ਫੜ ਕੇ ਆਪਣੇ ਕਲੇਜੇ ਦਾ ਰੁੱਖ ਭਰਦਿਆਂ ਕੋਈ ਗੱਲ ਕਹਿਣ ਲੱਗੀ ਹੈ। ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਮਾਤਾ ਸੋਭੀ ਆਖਦੀ ਗੰਗੂ ਤਾਈ, ਉਹ ਘਰ ਆਇਆਂ ਦੇ ਨਾਲ ਨਾ ਉਹ ਪੁੱਤ ਦਗਾ ਕਮਾਈ, ਸੇਵਾ ਕਰਕੇ ਇਹਨਾਂ ਦੀ ਜਸ ਦੁਨੀਆਂ ਪਾਈ, ਵੀਰ ਅਸਾਂ ਦੀ ਕੁੱਖ ਨੂੰ ਉਹ ਕਿਤੇ ਦਾਗ ਨਾ ਲਾਈ। ਮਾਂ ਸੋਭੀ ਨੇ ਗੰਗੂ ਦੀ ਬਾਂਹ ਫੜ ਕੇ ਕੁਛ ਸਮਝਾਉਣ ਦੀਆਂ ਗੱਲਾਂ ਕੀਤੀਆਂ ਨੇ, ਜਿਸ ਨੂੰ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਗੁਰਭੇਜ ਸਿੰਘ ਨਿਮਾਣਾ ਮਾਛੀ ਵਾਲੇ ਸਾਹਿਬ ਵਾਲਾ ਜਥਾ, ਸਾਥੀ ਭਾਈ ਭੁਪਿੰਦਰ ਸਿੰਘ ਜੀ ਸਾਜਨ ਪਿੰਡ ਕਨੀਜਾ, ਗੁਰਬਾਜ ਸਿੰਘ ਜੀ ਬਾਜ, ਸਰੰਗੀ ਮਾਸਟਰ ਚਰਨਜੀਤ ਸਿੰਘ ਜੀ ਚੰਨੀ, ਹੇ ਇਉਂ ਬਿਆਨ ਕਰ ਰਹੇ ਹਨ, ਜਦੋਂ ਕਿਸੇ
ਬੇਦੋਸ਼ ਨਿਮਾਣੀਆਂ ਚਿੰਤਾ ਨੂੰ, ਬੇਦੋਸ਼ ਨਿਮਾਣੀਆਂ ਚਿੰਤਾ ਨੂੰ ਕੰਗੂ ਤੂੰ ਫੜਾ ਕੇ ਕੀ ਲੈਣਾ, ਬੇਦੋਸ਼ ਦੀ